ਸਰ, ਇੱਥੇ ਸਤਲੋਕ ਆਸ਼ਰਮ ਕਮਾਣੋ ਦੇ ਵਿੱਚ ਅੱਜ ਤੁਸੀਂ ਆਏ ਹੋ ਸਰ, ਕਿਸ ਤਰ੍ਹਾਂ ਦਾ ਇੱਧਰ ਤੁਹਾਨੂੰ ਲੱਗਿਆ ਸਾਰਾ ਕੁਛ ਸਾਰੇ ਦੱਸੋ? ਦੇਖੋ, ਅੱਜ ਇੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਔਰ ਮਨ ਬੜਾ ਪ੍ਰਸੰਨ ਹੋਇਆ। ਮੈਨੂੰ ਇੰਨਾ ਪਤਾ ਨਹੀਂ ਸੀਗਾ ਵੀ ਇੰਨਾ ਬੜਾ ਸਿਸਟਮ ਸਾਰਾ, ਕਿਉਂਕਿ ਸਾਰੇ ਪਰਮਾਤਮਾ ਚਲਾ ਰਹੇ ਹੈਗੇ ਅਤੇ ਜੋ ਸਾਡੇ ਆਪਣੇ ਗੁਰੂ ਜੀ ਹੈਗੇ ਆ ਉਹਨਾਂ ਦੇ ਬਾਰੇ ਤਾਂ ਜਾਣਦੇ ਸੀਗੇ, ਲੇਕਿਨ ਇੰਨਾ ਕੁਛ ਇੱਥੇ ਦੇਖਣ ਨੂੰ ਮਿਲੇਗਾ ਜਾਂ ਇਸ ਤਰ੍ਹਾਂ ਮਤਲਬ ਕਿ ਲੋਕਾਂ ਦੇ ਵਿੱਚ ਇੰਨੀ ਆਸਥਾ ਹੋਏਗੀ, ਕਿਉਂਕਿ ਇਹ ਸਭ ਕੁਛ ਪਰਮਾਤਮਾ ਦੇਣਾ। ਔਰ ਜੋ ਜਿਵੇਂ ਦੱਸਿਆ ਇਹਨਾਂ ਨੇ ਕਿ ਜਿਹੜੇ ਬੱਚੇ ਹਨ ਉਹ ਨਸ਼ੇ ਤੋਂ ਬਹੁਤ ਦੂਰ ਹੈ ਔਰ ਜੋ ਅੱਜ ਸ਼ਾਦੀ ਗੱਲ ਇਹਨਾਂ ਗੱਲ ਕੀਤੀ ਕਿ ਜਿਹੜੀ ਸ਼ਾਦੀਆਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਕੋਈ ਦਾਜ ਦਹੇਜ ਨਹੀਂ ਹੈ, ਕਿਉਂਕਿ ਤੁਸੀਂ ਦੇਖਿਆ ਕਿ ਅੱਜ ਤਾਂ ਤਕਰੀਬਨ ਮਾਰ ਧਾੜ ਮੱਚੀ ਹੋਈ ਆ, ਹਰ ਇੱਕ ਬੰਦਾ ਆਪਣੇ ਦੇਸ਼ ਦੇ ਪਿੱਛੇ ਭੱਜਿਆ ਹੋਇਆ ਗਾ ਅਤੇ ਇਹ ਵੀ ਸਹੀ ਰਸਤੇ ਬਾਰੇ ਮੇਰੇ ਇੱਕ ਬਹੁਤ ਬੜਾ ਸਮਾਜ ਕਲਿਆਣ ਬਾਰੇ ਵੀ ਬਹੁਤ ਬੜੀ ਗੱਲ ਹੈ ਔਰ ਪਰਮਾਤਮਾ ਦੇ ਨਾਲ ਸਿੱਧਾ ਮਿਲਾਪ ਕਰਾਉਣ ਵਾਲੇ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਵੀ ਹੈ, ਰਸਤਾ ਵੀ ਹੈ। ਪਰ ਮੈਂ ਤਾਂ ਇਹ ਕਹਾਂਗਾ ਕਿ ਇਸ ਤਰ੍ਹਾਂ ਇਸ ਰਸਤੇ ਚੱਲ ਕੇ ਆਪਣੇ ਆਪ ਦਾ ਜੀਵਨ ਸਫਲ ਬਣਾਉਣਾ ਚਾਹੀਦਾ ਔਰ ਜੋ ਉਦੋਂ ਇਹਨਾਂ ਨੇ ਇੱਥੇ ਕੀਤਾ ਔਰ ਜੋ ਆਸੇ ਪਾਸੇ ਮੈਂ ਦੇਖਿਆ ਕਿ ਜਿਸ ਤਰ੍ਹਾਂ ਮੈਨੂੰ ਜਾਣਕਾਰੀ ਮਿਲੀ ਹੈ ਅਤੇ ਮਨ ਦੀ ਬੜੀ ਖੁਸ਼ੀ ਵੀ ਹੋਈ ਹੈ ਅਤੇ ਮੈਂ ਤਾਂ ਆਪ ਇਹ ਅਪੀਲ ਕਰਾਂਗੇ ਕਿ ਬਾਕੀ ਨੂੰ ਵੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਔਰ ਇੱਥੋਂ ਇੱਥੇ ਆ ਕੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੀਦਾ ਜੀ। ਕਟਾਰੀਆ ਸਾਹਿਬ, ਬਚਪਨ ਤੋਂ ਤੁਹਾਡਾ ਪਰਿਵਾਰ ਗਰੀਬਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਿਆ ਹੋਇਆ, ਸੰਤ ਰਾਮਪਾਲ ਜੀ ਮਹਾਰਾਜ ਜਿਹੜੇ ਗਰੀਬਦਾਸ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਵਿਸ਼ਵ ਪੱਧਰ 'ਤੇ ਕਰ ਰਹੇ ਹੈ, ਕੀ ਕਹੋਗੇ ਜੀ? ਦੇਖੋ ਜੀ, ਮੈਨੂੰ ਉੱਥੇ ਗਰੀਬਦਾਸ ਜੀ ਜੋ ਹੈਗਾ ਮਹਾਰਾਜ ਗਰੀਬਦਾਸ ਜੀ, ਉਹਨਾਂ ਨੇ ਸਾਡਾ ਪਰਿਵਾਰ ਸ਼ੁਰੂ ਤੋਂ ਮੇਰੇ ਫਾਦਰ ਵੀ ਸਾਡੇ ਫੋਰ ਫਾਦਰ ਵੀ ਜੁੜੇ ਹੋਏ ਹੈ ਔਰ ਅਸੀਂ ਬਾਣੀ ਦਾ ਆਪਣੇ ਸੁਣਦੇ ਬਾਣੀ ਸੁਣਦੇ ਵੀ ਹਾਂ, ਉਹਨੂੰ ਉਸਨੂੰ ਮੰਨਦੇ ਵੀ ਹਾਂ ਅਤੇ ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਵੀ ਮਤਲਬ ਕਿ ਉਸੇ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹੈ, ਲੇਕਿਨ ਇੱਥੇ ਆ ਕੇ ਬੜੀ ਖੁਸ਼ੀ ਵੀ ਹੋਈ ਹੈ। ਲੇਕਿਨ ਇੱਥੇ ਆ ਕੇ ਇਹਨਾਂ ਨੇ ਬਹੁਤ ਹੀ ਵਿਸਤਾਰ ਨਾਲ ਜੋ ਵਿਆਖਿਆ ਕੀਤੀ ਹੋਈ, ਜੋ ਬੁੱਕਸ ਇੱਥੇ ਮੈਨੂੰ ਦੇਖਣ ਨੂੰ ਮਿਲੀਆਂ, ਜਾ ਹਾਲੇ ਮੈਂ ਸਟੱਡੀ ਵੀ ਕਰਾਂਗਾ ਅਤੇ ਉਹਦੇ ਵਾਸਤੇ ਮੈਨੂੰ ਲੱਗਦਾ ਮੈਨੂੰ ਹੋਈ ਬਹੁਤ ਬੜੀ ਜਾਣਕਾਰੀ ਮਿਲ ਜਾਏਗੀ ਔਰ ਇਹ ਇੱਕ ਬਹੁਤ ਬੜਾ, ਮੈਂ ਕਹਿੰਦਾ ਅੱਜ ਦਾ ਜਿਹੜਾ ਦਿਨ ਹੈ ਮੇਰੇ ਵਾਸਤੇ ਬੜਾ ਹੀ ਭਾਗਾਂ ਵਾਲਾ ਦਿਨ ਹੈ ਕਿ ਇਸ ਦਿਨ ਆ ਕੇ ਅੱਜ ਦਾ ਦਿਨ ਹਮੇਸ਼ਾ ਯਾਦ ਵੀ ਰਹੇਗਾ ਔਰ ਪਰਮਾਤਮਾ ਨੇ ਮੇਰੇ ਤੋਂ ਕੋਈ ਕਿਰਪਾ ਕੀਤੀ ਹੈ ਕਿ ਆਪਣੇ ਆਪ ਫੜ ਕੇ ਮੈਨੂੰ ਇਸ ਪਾਸੇ ਬਾਅਦ ਬੁਲਾਇਆ ਹੈ ਔਰ ਅਸੀਂ ਇੱਥੇ ਆ ਕੇ ਉਹਨਾਂ ਦੇ ਦਰਸ਼ਨ ਵੀ ਕੀਤੇ ਹੈ। ਔਰ ਸਰ, ਤੁਸੀਂ ਪ੍ਰਦਰਸ਼ਨੀ ਦੇ ਵਿੱਚ ਗਏ ਅਤੇ ਤੁਹਾਨੂੰ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਸੰਤ ਰਾਮਪਾਲ ਜੀ ਦੇ ਸ਼ਿਸ਼ਿਆਂ ਦਾ? ਬਹੁਤ ਬਹੁਤ ਵਧੀਆ ਉਪਰਾਲਾ ਜੀ, ਬਹੁਤ ਵਧੀਆ ਉਪਰਾਲਾ। ਸੰਤ ਕਬੀਰ ਜੀ ਬਾਰੇ ਮਤਲਬ ਕਿ ਮੈਨੂੰ ਇੰਨੀ ਜਾਣਕਾਰੀ ਨਹੀਂ ਸੀ, ਮੈਂ ਸੱਚ ਕਹਾਂ ਕਿ ਜਿੱਦਾਂ ਅੱਜ ਜਾਣਕਾਰੀ ਮਿਲੀ ਹੈ ਕਿ ਇਹਨੇ ਬੜੇ ਬੜੇ ਪਰਮਾਤਮਾ ਦਾ ਇੱਕ ਜਿਹੜਾ ਸੱਚਾ ਰੂਪ ਹੈ ਉਹ ਦਿਖਾਇਆ ਗਿਆ ਹੈ ਔਰ ਇਹ ਸਟੈਪ ਬਾਈ ਸਟੈਪ ਜੋ ਇਹਨਾਂ ਨੇ ਸਾਨੂੰ ਦੱਸਿਆ ਗਾ ਔਰ ਉਹਨੂੰ ਦੇਖ ਕੇ ਬਹੁਤ ਬੜਾ ਉਪਰਾਲਾ ਵੀ ਬਹੁਤ ਵੱਡਾ ਹੈ ਔਰ ਉਹਦੇ ਨਾਲ ਸਿੱਖਣਾ ਵੀ ਬਹੁਤ ਕੁਛ ਮਿਲਦਾ ਹੈ ਔਰ ਜਾਣਕਾਰੀ ਵੀ ਬਹੁਤ ਮਿਲਦੀ ਹੈ ਕਿ ਅਸਲੀ ਪਰਮਾਤਮਾ ਕਿੱਥੇ ਹੈ, ਅਸਲੀ ਪਰਮਾਤਮਾ ਵੱਸਦਾ ਕਿੱਥੇ ਹੈ, ਅਸਲੀ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਕਰਨੀ ਤਾਂ ਅਸੀਂ ਕਿਸ ਤਰ੍ਹਾਂ ਪ੍ਰਾਪਤੀ ਕਰਨੀ ਹੁੰਦੀ ਹੈ, ਇਸ ਤੋਂ ਅੱਗੇ ਪਤਾ ਲੱਗਦਾ ਜੀ। ਅਤੇ ਸਰ, ਸੰਤ ਰਾਮਪਾਲ ਜੀ ਮਹਾਰਾਜ ਜਿਹੜੇ ਸਮਾਜ ਦੇ ਵਿੱਚ ਇੱਕ ਧਾਰਮਿਕਤਾ ਨੂੰ ਨਾਲ ਲੈ ਕੇ ਅਤੇ ਸਮਾਜ ਦੇ ਵਿੱਚ ਸਵੱਛ ਇਨਸਾਨ ਬਣਾ ਰਹੇ ਆ, ਸਭ ਦੇ ਸਮਾਜ ਬਣਾ ਰਹੇ ਆ, ਇੱਧਰ ਇੱਥੇ ਆ ਕੇ ਤੁਹਾਨੂੰ ਕੀ ਮਤਲਬ ਲੱਗਿਆ ਕਿ ਕਿੱਦਾਂ ਦੇ ਹੈਗਾ? ਨਹੀਂ, ਬਿਲਕੁਲ ਠੀਕ ਹੈ ਜੀ, ਇਹਦਾ ਕਿਉਂਕਿ ਅੱਜ ਦਾ ਜਿਹੜਾ ਸਮਾਜ ਹੈ ਇਹ ਤਾਂ ਬਹੁਤ ਗਲਤ ਪਾਸੇ ਵੱਲ, ਜੋ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਇਹ ਕਈ ਵਾਰ ਆਪਣੇ ਵੈਸਟਰਨ ਕਲਚਰ ਤੋਂ ਪ੍ਰਭਾਵਿਤ ਹੋ ਕੇ ਗਲਤ ਪਾਸੇ ਵੱਲ ਜਾ ਰਹੀ ਹੈ ਔਰ ਹਰ ਇੱਕ ਜੋ ਨੌਜਵਾਨ ਹੈ ਉਸਦੇ ਵਿੱਚ ਹੋੜ ਬਣੀ ਹੋਈ ਹੈ ਕਿ ਮੈਂ ਰਾਤੋਂ ਰਾਤ ਅਮੀਰ ਬਣ ਜਾਵਾਂ, ਲੇਕਿਨ ਜਦੋਂ ਮਯੂਸ ਹੁੰਦਾ ਫਿਰ ਉਹ ਆਪਣੀ ਮਯੂਸੀ ਦੂਰ ਕਰਨ ਵਾਸਤੇ ਨਸ਼ਿਆਂ ਦਾ ਸਹਾਰਾ ਲੈਂਦੇ ਹੈ, ਲੇਕਿਨ ਇੱਥੇ ਆ ਕੇ ਉਹਨਾਂ ਨੂੰ ਜਿਹੜੇ ਬੱਚੇ ਹੈ ਉਹ ਦੇਖਦੇ ਮਤਲਬ ਕਿ ਵੀ ਪਰਮਾਤਮਾ ਕਿਆ ਹੈ, ਪਰਮਾਤਮਾ ਦੀ ਪ੍ਰਾਪਤੀ ਕਿੱਦਾਂ ਕੀਤੀ ਜਾ ਸਕਦੀ ਹੈ, ਪਰਮਾਤਮਾ ਨਾਲ ਉਹਦੀ ਪ੍ਰਾਪਤੀ ਕਰਾਂਗੇ ਤਾਂ ਆਪਣੇ ਆਪ ਨੇ ਉਸ ਚੀਜ਼ ਨੂੰ ਸ਼ੁੱਧ ਵੀ ਕਰਾਂਗੇ ਔਰ ਜੋ ਸਾਡਾ ਖਾਣ ਪਾਣ ਉਹ ਵੀ ਸ਼ੁੱਧ ਹੋਏਗਾ ਔਰ ਜੋ ਸਾਡੀ ਸੋਚ ਹੈ, ਅਗਰ ਸਾਡਾ ਖਾਣ ਪਾਣ ਸ਼ੁੱਧ ਹੈ ਤਾਂ ਜੋ ਸਾਡਾ ਦਿਮਾਗ ਹੈ ਉਹ ਵੀ ਸ਼ੁੱਧ ਹੋਏਗਾ, ਸਾਡੇ ਅੱਛੇ ਵਿਚਾਰ ਆਉਣਗੇ ਔਰ ਅੱਛੀ ਦਿਸ਼ਾ ਵੱਲ ਜਾ ਕੇ ਅਸੀਂ ਜਾਵਾਂਗੇ, ਅਸੀਂ ਪਰਿਵਾਰ ਦਾ ਨੂੰ ਤਾਂ ਸਵੱਛ ਕਰਾਂਗੇ, ਪਰਿਵਾਰ ਦਾ ਨਾਂ ਰੋਸ਼ਨ ਕਰਾਂਗੇ, ਅਸੀਂ ਸਾਰੇ ਸਮਾਜ ਨੂੰ ਸਾਰੇ ਆਪਣੇ ਦੇਸ਼ ਨੂੰ ਸਵੱਛ ਕਰਾਂਗੇ। ਮੈਂ ਤਾਂ
ਇੱਥੇ ਦੇ ਲੋਕਾਂ ਦਾ ਵਿਹਾਰ ਕਿੱਦਾਂ ਲੱਗਿਆ ਸਰ? ਬਹੁਤ ਅੱਛਾ ਵਿਹਾਰ ਲੱਗਿਆ ਜੀ, ਇਹ ਤਾਂ ਮੈਂ ਦੱਸ ਨਹੀਂ ਸਕਦਾ, ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿੰਨਾ ਅੱਛਾ ਵਿਹਾਰ ਲੱਗਿਆ ਇਹਨਾਂ। ਇਸ ਤਰ੍ਹਾਂ ਇਹਨਾਂ ਨੇ ਅੱਜ ਸਾਡਾ ਇੱਥੇ ਆਪਣੇ ਮੈਂ ਤਾਂ ਇਹੀ ਕਹੂੰਗਾ ਵੀ ਵੈਲਕਮ ਕੀਤਾ ਹੈਗਾ, ਲੇਕਿਨ ਵੈਲਕਮ ਨਹੀਂ, ਇਹਨਾਂ ਨੇ ਇੱਕ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਜਿਵੇਂ ਅਸੀਂ ਇਹਨਾਂ ਦੇ ਪਰਿਵਾਰ ਦੇ ਮੈਂਬਰ ਹੁੰਦੇ ਹਾਂ ਜੀ। ਨਸ਼ੇ ਦਾ ਬਹੁਤ ਵੱਡਾ ਹੋਊਗਾ ਜੀ ਪੰਜਾਬ ਦੇ ਵਿੱਚ, ਗਲੀ ਗਲੀ ਦੇ ਵਿੱਚ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਲਈ ਪੁਸਤਕਾਂ ਵੰਡੀਆਂ ਜਾ ਰਹੀਆਂ, ਨਸ਼ੇ ਦੇ ਖਿਲਾਫ ਉਹਨਾਂ ਦੇ ਅਭਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇਹ ਤਾਂ ਜੀ ਬਹੁਤ ਵੱਡਾ ਉਪਰਾਲਾ ਜਿਹੜਾ ਨਸ਼ੇ ਤਾਂ ਇੱਕ ਬਹੁਤ ਬੜਾ ਕੋਹੜ ਹੈ ਇਹ। ਅੱਜ ਤੁਸੀਂ ਦੇਖ ਲਓ ਜਿਹੜਾ ਨਸ਼ਿਆਂ ਦਾ ਜਿਹੜਾ ਦਰਿਆ ਹੈਗਾ ਪੰਜਾਬ ਦੇ ਵਿੱਚ, ਅੱਜ ਜਿਹੜੇ ਮਾਪੇ ਤਕਰੀਬਨ ਜਦੋਂ ਉਹਨਾਂ ਪਤਾ ਚੱਲਦਾ, ਕਿਉਂਕਿ ਇਹ ਨਸ਼ਾ ਐਸੀ ਚੀਜ਼ ਹੈ ਇੱਥੇ ਪਤਾ ਨਹੀਂ ਚੱਲਦਾ ਕਿ ਬੱਚਾ ਕਦੋਂ ਉਸ ਪਾਸੇ ਵੱਲ ਚੱਲ ਪਵੇ, ਕਿਉਂਕਿ ਇਹ ਜ਼ਿਆਦਾ ਕੋਈ ਸੰਗਤ ਐਸੀ ਹੁੰਦੀ ਹੈ, ਸੰਗਤ ਵਿੱਚ ਗਲਤ ਸੰਗਤ ਦੇ ਵਿੱਚ ਫਸ ਕੇ ਬੱਚਾ ਇਸ ਪਾਸੇ ਵੱਲ ਜਾਂਦਾ ਹੈ, ਲੇਕਿਨ ਜਦੋਂ ਮਾਪਿਆਂ ਨੂੰ ਪਤਾ ਚੱਲਦਾ ਹੈ ਤਾਂ ਉਹ ਇੰਨੇ ਅੱਗੇ ਲੰਘ ਚੁੱਕੇ ਹੁੰਦੇ ਹਨ ਕਿ ਉਹਨਾਂ ਦਾ ਪਿੱਛੇ ਮੁੜਨਾ ਬੜਾ ਔਖਾ ਹੋ ਜਾਂਦਾ ਹੈ। ਉਸ ਵੇਲੇ ਜਿਹੜੇ ਮਾਪੇ ਉਹ ਥਾਂ ਮਾਰ ਮਾਰ ਕੇ ਰੋਂਦੇ ਹੈ ਕਿ, ਕਿਉਂਕਿ ਅੱਜ ਕੱਲ੍ਹ ਪੁਰਾਣੇ ਸਮੇਂ ਦੇ ਵਿੱਚ ਜੋ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀਗੀ, ਅਗਰ ਇੱਕ ਬੱਚਾ ਕੋਈ ਨਲਾਇਕ ਨਿਕਲ ਜਾਵੇ ਤਾਂ ਦੂਜੇ ਤਿੰਨ ਬੰਦਾ ਸਬਰ ਕਰ ਸਕਦਾ ਸੀ। ਅੱਜ ਕੱਲ੍ਹ ਤਾਂ ਤੁਸੀਂ ਦੇਖਿਆ ਕਿ ਬੱਚੇ ਕਿਸੇ ਦੇ ਇੱਕ ਹੈ, ਕਿਸੇ ਦੇ ਦੋ ਹੈ, ਅਗਰ ਉਹੀ ਕਿਉਂਕਿ ਇਨਸਾਨ ਦੀ ਇਹ ਪੂੰਜੀ ਹੁੰਦੀ ਹੈ ਜੋ ਬੱਚਿਆਂ ਵਾਸਤੇ ਹੀ ਸਾਡੇ ਆਪਣਾ ਜੀਵਨ ਸਾਰਾ ਡਿਪੈਂਡ ਕਰਦਾ, ਬੱਚਿਆਂ 'ਤੇ ਨਿਰਭਰ ਕਰਦਾ, ਉਹ ਬੱਚਿਆਂ ਨੂੰ ਹੀ ਸਭ ਕੁਝ ਬਣਾਉਣਾ ਚਾਹੁੰਦਾ। ਅਗਰ ਉਹੀ ਉਹਨਾਂ ਦਾ ਜੋ ਸੁਪਨਾ ਹੈ ਉਹ ਕਿਤੇ ਗਲਤ ਪਾਸੇ ਵੱਲ ਚੱਲ ਜਾਵੇ ਤਾਂ ਉਹ ਮਯੂਸ ਹੋ ਜਾਂਦਾ, ਫਿਰ ਉਹ ਸੋਚਦਾ ਮਤਲਬ ਕਿ ਉੱਥੇ ਜੀਣ ਦਾ ਕੋਈ ਤਰੀਕ ਨਹੀਂ ਹੈ। ਸੋ ਇਹਦਾ ਬਹੁਤ ਵੱਡਾ ਉਪਰਾਲਾ ਜੀ ਜਿਹੜੇ ਨਸ਼ਿਆਂ ਤੋਂ ਬਚਾਅ ਦਾ, ਪਰਮਾਤਮਾ ਇਸ ਤਰ੍ਹਾਂ ਜਿਸ ਤਰ੍ਹਾਂ ਜੇ ਇਸ ਸਿਸਟਮ 'ਚੋਂ ਚੱਲ ਰਿਹਾ ਹੈਗਾ ਅਤੇ ਇਸੇ ਤਰ੍ਹਾਂ ਇਹਦੇ ਵਿੱਚ ਹੋਰ ਦਿਨ ਦੁੱਗਣੀ ਰਾਤ ਚੌਗਣੀ ਇਹ ਤਰੱਕੀ ਵੀ ਕਰੇ, ਔਰ ਇਸੇ ਤਰ੍ਹਾਂ ਅੱਗੇ ਤੋਂ ਜਾ ਕੇ ਸਾਡਾ ਜੋ ਆਪਣੇ ਆਉਣ ਵਾਲਾ ਸਮਾਜ ਹੈ ਇਸ ਤੋਂ ਬਹੁਤ ਕੁਝ ਸਿੱਖੇ ਵੀ, ਔਰ ਸਹੀ ਰਸਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਵੇ। ਸਰ ਇੱਕ ਲਾਸਟ ਸਵਾਲ ਹੈ ਸਰ, ਤੁਸੀਂ ਮੀਡੀਆ ਦੇ ਵਿੱਚੋਂ ਸੰਤ ਰਾਮਪਾਲ ਜੀ ਦੇ ਪਹਿਲਾਂ ਵੀ ਤੁਸੀਂ ਨਿਊਜ਼ ਸੁਣੀ ਆਉਣੀ ਹੋ, ਲੇਕਿਨ ਇੱਥੇ ਆ ਕੇ ਤੁਹਾਨੂੰ ਕੀ ਮਹਿਸੂਸ ਹੋਇਆ ਜੋ ਆਮ ਸਮਾਜ ਦੇ ਵਿੱਚ ਵਿਚਾਰਧਾਰਾ ਚੱਲ ਰਹੀ ਹੈ? ਮੈਂ ਤਾਂ ਮਤਲਬ ਪਹਿਲਾਂ ਮੀਡੀਆ 'ਚ ਸੁਣਦਾ ਹੁੰਦਾ ਸੀਗਾ ਜੀ, ਉਹਨਾਂ ਬਾਰੇ 'ਚ ਕੁਝ ਪਿੱਛੇ ਵਿੱਚ ਆਈਆਂ ਸੀਗੀ 8-10 ਸਾਲ ਪਹਿਲਾਂ ਵੀ ਕੁਛ ਗੱਲਾਂ, ਲੇਕਿਨ ਇੱਥੇ ਆ ਕੇ ਤਾਂ ਮੈਨੂੰ ਇਹ ਲੱਗਿਆ ਇੱਥੇ ਇੰਨਾ ਬੜਾ ਆਪਸ ਆਪ 'ਚ ਸਨੇਹ ਵੀ ਹੈ, ਪਿਆਰ ਵੀ ਹੈ, ਭਾਈਚਾਰਾ ਵੀ ਹੈ, ਔਰ ਲੋਕ ਔਰ ਜੋ ਉਹਨਾਂ ਨੂੰ ਮੰਨਦੇ ਹੈ ਇਹਨਾਂ ਵਿੱਚ ਇੰਨਾ ਸਨੇਹ ਹੈ, ਇਹ ਕਦੇ ਵੀ ਆਪਣੇ ਗਲਤ ਮੇਰੇ ਖਿਆਲ ਗਲਤ ਆਪਣੇ ਮਨ 'ਚ ਵਿਚਾਰ ਲੈ ਨਹੀਂ ਸਕਦੇ, ਠੀਕ ਹੈ? ਅਤੇ ਇਹਨਾਂ ਤੋਂ ਤਾਂ ਇੱਥੇ ਆ ਕੇ ਤਾਂ ਜਿਹੜਾ ਵੀ ਇੱਥੇ ਆ ਕੇ ਪ੍ਰਭਾਵਿਤ ਹੀ ਹੋਏਗਾ, ਔਰ ਸਹੀ ਰਸਤਾ ਹੀ ਅਪਣਾਏਗਾ, ਸਹੀ ਰਸਤੇ ਚੱਲ ਕੇ ਆਪਣਾ ਜੀਵਨ ਸਫਲ ਕਰੇਗਾ ਔਰ ਸਮਾਜ ਨੂੰ ਵੀ ਸਵੱਛ ਬਣਾਏਗਾ। ਬਹੁਤ ਬਹੁਤ ਧੰਨਵਾਦ।